ਭਾਈ ਅੰਮ੍ਰਿਤਪਾਲ ਸਿੰਘ ਮਹਿਰੂ ਦੀ ਸਟੋਰੀ ਤੋਂ ਬਾਅਦ ਹੁਣ ਸੁਖਰਿਤ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਇੱਕ ਸਟੋਰੀ ਸਾਂਝੀ ਕਰੀ ਜਿਹਦੇ ਵਿੱਚ ਉਸਨੇ ਇੱਕ ਵੱਡਾ ਰਿਪਲਾਈ ਕੀਤਾ ਗਾ ਜਿਸਦੇ ਵਿੱਚ ਸੁਖਰਤੀਆ ਲਿਖਦਾ ਪਿਆ ਕਿ ਅੱਜ ਹਰ ਇੱਕ ਬੰਦਾ ਕਹਿ ਰਿਹਾ ਕਿ ਸੁਖਰਤੀਆ ਗਾਲਾਂ ਕੱਢ ਰਿਹਾ ਗਾ, ਮਾਹੌਲ ਖਰਾਬ ਕਰ ਰਿਹਾ ਗਾ, ਮਾਹੌਲ ਤਾਂ ਪਹਿਲਾਂ ਦਾ ਹੀ ਖਰਾਬ ਆ, ਮੈਨੂੰ ਤੁਸੀਂ ਰੋਕ ਲਓਗੇ, ਉਹਨਾਂ ਨੂੰ ਵੀ ਰੋਕੋ ਜਿਨ੍ਹਾਂ ਨੇ ਨੰਗੇ ਹੋ ਕੇ ਗੰਦ ਪਾਇਆ ਗਾ। ਜਣਾ ਖਣਾ ਉੱਠ ਕੇ ਸੁਖਰਤੀ 'ਤੇ ਬੋਲਣ ਲੱਗ ਜਾਂਦਾ ਗਾ, ਮੈਂ ਚੁੱਪ ਕਰਕੇ ਸੁਣਦਾ ਰਿਹਾ, ਫਿਰ ਮੈਂ ਠੀਕ ਹਾਂ, ਜੇ ਮੈਂ ਗੱਲਾਂ ਦਾ ਜਵਾਬ ਦੇਵਾਂ ਤਾਂ ਫਿਰ ਮੈਂ ਮਾਹੌਲ ਖਰਾਬ ਕਰਤਾ। ਉਸ ਦਿਨ ਕਿੱਥੇ ਸੀ ਜਿਸ ਦਿਨ ਸੁਖਰਤੀ ਦੀ ਫੈਮਿਲੀ ਨੂੰ ਟ੍ਰੋਲ ਕੀਤਾ ਜਾ ਰਿਹਾ ਸੀਗਾ। ਇਕੱਲਾ ਮੈਂ ਨਹੀਂ ਹੈਗਾ, ਹੋਰ ਵੀ ਬਹੁਤ ਨੇ, ਸ਼ੁਰੂਆਤ ਮੇਰੇ ਤੋਂ ਨਹੀਂ ਹੋਈ ਪੈ, ਜਿਹੜੇ ਸਮਾਜ ਸੇਵੀ ਬਣੇ ਫਿਰਦੇ ਆ ਉਹ ਨਹੀਂ ਦੇਖਦੇ ਉਹਨਾਂ ਨੇ ਕੀ ਕਰਿਆ, ਨੰਗਾ ਨਾਚ ਹੋ ਰਿਹਾ, ਉਹ ਰੋਕੋ ਪਹਿਲਾਂ, ਮੈਂ ਕੋਈ ਨਸ਼ਾ ਪ੍ਰਮੋਟ ਨਹੀਂ ਕਰਿਆ, ਜੋ ਕੁਝ ਹੋ ਰਿਹਾ ਪਹਿਲਾਂ ਉਹਨਾਂ ਨੂੰ ਰੋਕੋ, ਸੁਖਰਤੀਆ ਆਪੇ ਰੁਕ ਜੂ, ਬਾਕੀ ਜੇ ਕੋਈ ਦਿੱਕਤ ਪਰੇਸ਼ਾਨੀ ਆ ਕਿਸੇ ਨੂੰ ਅਨਫੋਲੋ ਕਰ ਸਕਦਾ ਗਾ, ਮੈਨੂੰ ਨਾ ਦੇਖੋ, ਮੈਨੂੰ ਨਾਲੇ ਦੇਖਦਿਓ ਅਤੇ ਨਾਲੇ ਗੱਲਾਂ ਕਰਦਿਓ, ਆਪਦਾ ਗਿਆਨ ਆਪਦੇ ਕੋਲ ਰੱਖੋ, ਸਭ ਨੂੰ ਮੇਰੇ ਵੱਲੋਂ ਧੰਨਵਾਦ। ਇੱਥੇ ਸੁਖਰਤੀ ਦਾ ਇਹੀ ਕਹਿਣਾ ਕਿ ਮੈਂ ਕੋਈ ਗਲਤ ਕੰਮ ਨਹੀਂ ਕਰ ਰਿਹਾ, ਮੈਂ ਕੋਈ ਨਸ਼ਾ ਪ੍ਰਮੋਟ ਨਹੀਂ ਕਰਦਾ, ਮੈਂ ਕੋਈ ਨੰਗੇ ਹੋ ਕੇ ਵੀਡੀਓ ਨਹੀਂ ਪਾਉਂਦਾ। ਜੋ ਕੁੜੀਆਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਗੰਦ ਪਾ ਰਹੀਆਂ ਨੇ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਰੋਕਦੇ, ਸੁਖਰਤੀ ਨੂੰ ਆ ਕੇ ਤੁਸੀਂ ਸਮਝਾਉਣ ਲੱਗ ਜਾਂਦੇ ਹੋ। ਬਾਕੀ ਤੁਹਾਨੂੰ ਸੁਖਰਤੀ ਸਹੀ ਲੱਗਦਾ ਜਾਂ ਗਲਤ, ਕਮੈਂਟ ਬਾਕਸ ਦੇ ਵਿੱਚ ਵਿਚਾਰ ਜ਼ਰੂਰ ਸਾਂਝੇ ਕਰੋ। ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ, ਰੱਬ ਰੱਖ।